ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਜਾਂ ਫਿਰ ਲੱਕ ਹਿੱਲੇ ਮਜਾਜਣ ਜਾਂਦੀ ਦਾ ਅਜਿਹੇ ਸੁਪਰਹਿੱਟ ਗੀਤ ਗਾਉਣ ਵਾਲੀ ਆਵਾਜ਼ ਸੀ ਅਨੀਤਾ ਸਮਾਣਾ। ਅੱਜ ਪੰਜਾਬੀ ਰੰਗ ਟੀਵੀ 'ਤੇ ਅਸੀਂ ਅਨੀਤਾ ਸਮਾਣਾ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਰੰਗ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਜੋ ਆਉਣ ਵਾਲੀਆਂ ਅਨੇਕਾਂ ਵੀਡੀਓ ਤੁਹਾਨੂੰ ਆਸਾਨੀ ਨਾਲ ਪ੍ਰਾਪਤ ਹੋ ਸਕਣ। ਦੋਸਤੋ, ਅਨੀਤਾ ਸਮਾਣਾ ਦੀ ਸੁਰੀਲੀ ਆਵਾਜ਼ ਅਤੇ ਸੁਰੀਲੇ ਅੰਦਾਜ਼ ਕਰਕੇ ਲੋਕ ਉਹਨਾਂ ਦੇ ਜ਼ਿਆਦਾ ਫੈਨ ਹਨ। ਅਨੀਤਾ ਸਮਾਣਾ ਦਾ ਜਨਮ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਸਮਾਣਾ ਵਿਖੇ ਹੋਇਆ। ਅਨੀਤਾ ਸਮਾਣਾ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ। ਉਹ ਪਹਿਲਾਂ ਮਾਤਾ ਦੀਆਂ ਭੇਟਾਂ ਗਾਇਆ ਕਰਦੇ ਸਨ ਅਤੇ ਹਿੰਦੀ ਗੀਤ ਗਾਇਆ ਕਰਦੇ ਸਨ। ਸੰਨ 1978 ਵਿੱਚ ਉਹਨਾਂ ਨੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਾਲ ਸਟੇਜਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਨੀਤਾ ਸਮਾਣਾ ਦੀ ਆਵਾਜ਼ ਦੀ ਦੁਨੀਆ ਦੀਵਾਨੀ ਹੋ ਗਈ। ਦੋਸਤੋ, ਸੰਨ 2002 ਵਿੱਚ ਅਨੀਤਾ ਸਮਾਣਾ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਸਨ। ਉਹਨਾਂ ਕੋਲ ਪੰਜਾਬ ਦੀ ਮਸ਼ਹੂਰ ਆਵਾਜ਼ ਰਾਜ ਬਰਾੜ ਆਏ। ਰਾਜ ਬਰਾੜ ਨੇ ਉਹਨਾਂ ਨੂੰ ਆਪਣੇ ਨਾਲ ਗਾਉਣ ਲਈ ਮਨਾ ਲਿਆ ਅਤੇ ਅਨੀਤਾ ਸਮਾਣਾ ਅਤੇ ਰਾਜ ਬਰਾੜ ਦੇ ਅਨੇਕਾਂ ਗੀਤ ਅੱਜ ਤੱਕ ਵੀ ਅਨੇਕਾਂ ਸਰੋਤਿਆਂ ਦੀ ਜ਼ੁਬਾਨ 'ਤੇ ਹਨ। ਇਹਨਾਂ ਵਿੱਚੋਂ ਪ੍ਰਮੁੱਖ ਗੀਤ ਲੱਕ ਹਿੱਲੇ ਮਜਾਜਣ ਜਾਂਦੀ ਦਾ, ਲੈ ਲੈ ਤੂੰ ਸਰਪੰਚੀ ਆਦਿ ਗਾਣੇ ਅਨੇਕਾਂ ਸੁਪਰਹਿੱਟ ਹੋਏ ਅਤੇ ਰਾਜ ਬਰਾੜ ਦੀ ਗਾਇਕੀ ਸਦਕਾ ਅਨੀਤਾ ਸਮਾਣਾ ਬੁਲੰਦੀਆਂ ਨੂੰ ਛੂ ਗਈ। ਰਾਜ ਬਰਾੜ ਅਤੇ ਅਨੀਤਾ ਸਮਾਣਾ ਦੇ ਗਾਏ ਗੀਤ ਲੋਕਾਂ ਦੀ ਜ਼ੁਬਾਨ 'ਤੇ ਅੱਜ ਵੀ ਚੜ੍ਹੇ ਹੋਏ ਹਨ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਅਨੀਤਾ ਸਮਾਣਾ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਔਕੜਾ ਭਰਿਆ ਅਤੇ ਸੰਘਰਸ਼ ਭਰਿਆ ਦੱਸਿਆ ਹੈ। ਉਹਨਾਂ ਦੱਸਿਆ ਕਿ ਅੱਜ ਮਾੜੇ ਟਾਈਮ ਵਿੱਚ ਮੇਰੀ ਕੋਈ ਹੈਲਪ ਨਹੀਂ ਕਰ ਰਿਹਾ, ਕਿਸੇ ਸਿੰਗਰ ਨੇ ਮੇਰੀ ਬਾਂਹ ਨਹੀਂ ਫੜੀ, ਸਗੋਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ NRI ਵੀਰਾਂ ਨੇ ਮੇਰੀ ਮਦਦ ਕੀਤੀ ਅਤੇ ਮੈਂ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀ ਰਹੀ ਹਾਂ। ਅਨੀਤਾ ਸਮਾਣਾ ਦੇ ਗੀਤਾਂ ਵਿੱਚ ਕਈ ਕੰਪਨੀਆਂ ਅਤੇ ਕਈ ਗਾਇਕਾਂ ਨੇ ਨਾਮਵਰ ਖੱਟੀ ਹੈ। ਰਾਜ ਬਰਾੜ, ਮੁਹੰਮਦ ਸਦੀਕ, ਕੁਲਦੀਪ ਮਾਣਕ, ਨਿਰਮਲ ਭੜਕੀਲਾ, ਸੰਦੀਪ ਅਖਤਰ ਆਦਿ ਗਾਇਕਾਂ ਨਾਲ ਅਨੀਤਾ ਸਮਾਣਾ ਨੇ ਗੀਤ ਗਾਏ ਹਨ। ਦੋਸਤੋ, ਇਹ ਸੀ ਮਸ਼ਹੂਰ ਪੰਜਾਬੀ ਗਾਇਕਾ ਅਨੀਤਾ ਸਮਾਣਾ ਦੀ ਬਾਇਓਗ੍ਰਾਫੀ। ਤੁਹਾਨੂੰ ਅਨੀਤਾ ਸਮਾਣਾ ਦਾ ਗਾਇਆ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਪਸੰਦ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਤੇ ਪੰਜਾਬ ਦੇ ਅਨੇਕਾਂ ਰੰਗ ਜਾਣਨ ਲਈ ਇਸ ਪੰਜਾਬੀ ਰੰਗ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।